ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਜਲੰਧਰ ਨਗਰ ਨਿਗਮ ਵਿੱਚ ਹੁਣ ਕਾਂਗਰਸ ਹਾਵੀ ਹੁੰਦੀ ਦਿਖਾਈ ਦੇ ਰਹੀ ਹੈ। ਇਸ ਦੀ ਤਾਜ਼ਾ ਉਦਾਹਰਣ ਨਗਰ ਨਿਗਮ ਹਾਊਸ ਦੀ ਬਜਟ ਬੈਠਕ ਦੌਰਾਨ ਦੇਖਣ ਨੂੰ ਮਿਲੀ, ਜੋ ਲਗਾਤਾਰ 6 ਘੰਟੇ ਚੱਲੀ, ਪਰ ਫਿਰ ਵੀ ਮੇਅਰ ਸੁਨੀਲ ਜੋਤੀ ਨਿਗਮ ਦਾ ਬਜਟ ਪਾਸ ਨਹੀਂ ਕਰਵਾ ਸਕੇ ਅਤੇ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਅਤੇ ਜਲੰਧਰ ਨਗਰ ਨਿਗਮ ਦੀ ਸੱਤਾ ਤੇ ਪਿਛਲੇ 10 ਸਾਲ ਤੋਂ ਲਗਾਤਾਰ ਕਾਬਜ਼ ਰਹੀ ਅਕਾਲੀ ਭਾਜਪਾ ਸਰਕਾਰ ਦੇ ਹੱਥਾਂ ਵਿੱਚੋਂ ਸੂਬੇ ਦੀ ਸੱਤਾ ਖੁਸ ਰਹੀ ਹੈ, ਜਿਸ ਦੇ ਚਲਦੇ ਜਲੰਧਰ ਨਗਰ ਨਿਗਮ ਵਿੱਚ ਹੁਣ ਕਾਂਗਰਸ ਹਾਵੀ ਹੁੰਦੀ ਦਿਖਾਈ ਦਿੰਦੀ ਹੈ। ਇਸ ਦੀ ਤਾਜ਼ਾ ਉਦਾਹਰਣ ਨਗਰ ਨਿਗਮ ਦੀ ਕੌਂਸਲਰ ਹਾਊਸ ਦੀ ਬਜਟ ਬੈਠਕ ਦੌਰਾਨ ਦੇਖਣ ਨੂੰ ਮਿਲੀ, ਜੋ ਲਗਾਤਾਰ 6 ਘੰਟੇ ਚੱਲੀ, ਪਰ ਫਿਰ ਵੀ ਮੇਅਰ ਸੁਨੀਲ ਜੋਤੀ ਨਿਗਮ ਦਾ ਬਜਟ ਪਾਸ ਨਹੀਂ ਕਰਵਾ ਸਕੇ ਅਤੇ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ। ਇਨ੍ਹਾਂ 6 ਘੰਟਿਆਂ ਦੌਰਾਨ ਕਾਂਗਰਸੀ ਕੌਂਸਲਰਾਂ, ਵਿਧਾਇਕਾਂ ਅਤੇ ਮੇਅਰ ਵਿਰੋਧੀ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਮੇਅਰ ਸੁਨੀਲ ਜੋਤੀ ਨੂੰ ਜੰਮ ਕੇ ਜ਼ਲੀਲ ਕੀਤਾ ਅਤੇ ਦੋਵਾਂ ਤੇ ਭ੍ਰਿਸ਼ਟਾਚਾਰ ਦੇ ਖੁੱਲ ਕੇ ਇਲਜ਼ਾਮ ਲਾਏ। ਪਰ ਬੋਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸ਼ਹਿ ਤੇ 5 ਕਾਂਗਰਸੀ ਵਿਧਾਇਕਾਂ ਅਤੇ ਕੌਂਸਲਰਾਂ ਨੇ ਮੇਅਰ ਦੇ ਪਸੀਨੇ ਕਢਵਾਏ। ਮੇਅਰ ਔਰ ਕਮਿਸ਼ਨਰ ਇਸ ਗੱਲ ਨੂੰ ਐਕਸੈਪਟ ਕਰਨ ਨੂੰ ਰਾਜੀ ਨਹੀਂ ਹੈਗਾ ਕਿ ਹਾਂ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਇਹ ਤਨਖਾਹਾਂ ਕਾਹਦੀਆਂ ਲੈਂਦੇ ਆ, ਇਹ ਗੱਡੀਆਂ ਕਾਹਦੀਆਂ ਵਰਤਦੇ ਆ। ਮੈਂ ਤਾਂ ਰਿਸਪੋਂਸੀਬਿਲਟੀ ਦੇ ਹੈਰਾਨ ਆ ਕਿ ਡੈਮੋਕ੍ਰੇਸੀ ਦੇ ਵਿੱਚ ਇੱਦਾਂ ਵੀ ਹੁੰਦਾ। ਰਿਐਲਿਟੀ ਇਹ ਆ ਕਿ ਦਿਸ ਇਜ਼ ਦਾ ਫਸਟ ਟਾਈਮ ਕਿ ਮੈਂ ਇਹੋ ਜਿਹੀ ਜਿਹੜੀਆਂ, ਕਿਉਂਕਿ ਜੇ ਇੰਨੀ ਕਰਪਸ਼ਨ ਹੈ, ਜੇ ਤੁਸੀਂ ਅਕਾਊਂਟਸ ਦੀ ਆਡਿਟ ਦੀ ਜਿਹੜੀ ਆ, ਕਮ ਸੇ ਕਮ ਜਿਹੜੀ ਮੰਥਲੀ ਰਿਪੋਰਟ ਆ, ਜੇ ਤੁਸੀਂ ਉਹ ਵੀ ਮੈਂਬਰਸ ਨੂੰ ਨਹੀਂ ਦਿੰਦੇ। ਅਲਟੀਮੇਟਲੀ ਆਪਾਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹਾਂ ਔਰ ਕਾਂਗਰਸ ਗੌਰਮੈਂਟ ਬੇਸਿਕਲੀ ਇਹ ਚਾਹੁੰਦੀ ਆ ਕਿ ਹਾਂ ਵੀ ਜਿਹੜੀ ਕਰਪਸ਼ਨ ਆ ਉਹ ਹਟੇ। ਔਰ ਇਹ ਜਿਹੜਾ ਅੱਜ ਇਹਨਾਂ ਨੇ ਹੁਣ ਮੀਟਿੰਗ ਪੋਸਟਪੋਨ ਕੀਤੀ ਆ ਔਰ ਜਿਹੜੇ ਲਾਸਟ ਮੀਟਿੰਗ ਆ ਉਹਦੇ ਮਿਨਟਸ ਜਿਹੜੇ ਕਨਫਰਮ ਨਹੀਂ ਹੋਏ ਔਰ ਉਹ ਜਿਹੜੇ ਨਾ ਕਨਫਰਮੇਸ਼ਨ ਹੋਣਾ ਔਰ ਸਾਰੇ ਜਵਾਬ ਨਾ ਦੇਣਾ, ਇਹਦੀ ਨਲਾਇਕੀ ਆ, ਇਹਨੂੰ ਮੋਰਲੀ ਜਿਹੜਾ ਆ ਇਸ ਮੇਅਰ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਕਿ ਗਾਂਹ ਇੱਦਾਂ ਦੀਆਂ ਗਲਤੀਆਂ, ਮੇਰਾ ਖਿਆਲ ਹੈ ਵੀ ਗਾਂਹ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਦੱਸ ਕੇ ਵੀ ਜਾਣਾ ਚਾਹੀਦਾ ਵੀ ਇਹੋ ਜਿਹਾ ਕਦੀ ਮੇਅਰ ਨਾ ਬਣਾ।